ਜੀ ਬismillah रहमान रहीम ਬਜ਼ੁਰਗੋ ਸਾਥੀਓ ਜੈਸਾ ਤੁਸੀਂ ਦੇਖਿਆ ਕਿ ਨਵੇਂ ਪਾਕਿਸਤਾਨ ਵਿੱਚ ਖਾਵਰ ਮਾਨੀਕਾ ਸਾਹਿਬ ਦੇ ਬੇਟੇ ਦੀ ਮੰਗਣੀ ਹੀ ਤੇ ਖਾਵਰ ਮਾਨੀਕਾ ਸਾਹਿਬ ਵੱਡੀ ਗੱਨ ਲੈ ਕੇ ਅੰਦਾ ਦੁੰਦ ਹਵਾਈ ਫਾਇਰਿੰਗ ਕਰ ਰਹੇ ਹਨ ਔਰ ਉਹਨਾਂ ਦੇ ਬੇਟੇ ਨੇ ਵੀ ਫਾਇਰਿੰਗ ਕੀਤੀ ਔਰ ਮਾਨੀਕਾ ਸਾਹਿਬ ਨੇ ਖੁਦ ਜਨਾਬ ਫਾਇਰਿੰਗ ਕਰਕੇ ਕਾਨੂੰਨ ਦੀਆਂ ਦੱਝੀਆਂ ਉਡਾਤੀਆਂ ਕੋਰੋਂ ਦਾ ਬੇ ਸਾਹਿਬ ਮਜ਼ਾਕ ਉਡਾ ਦਿੱਤਾ ਔਰ ਜਦਕਿ ਤੁਸੀਂ ਇਹਦੇ ਬਰਕਸ ਅਗਰ ਪੁਰਾਣੇ ਪਾਕਿਸਤਾਨੇ ਚ ਆ ਜਾਓਨਾ ਮੈਂ ਤੁਹਾਨੂੰ ਪੁਰਾਣੇ ਪਾਕਿਸਤਾਨ ਦੀ ਗੱਲ ਸੁਣਾਉਣ ਲੱਗਾ ਮੀਆਂ ਸ਼ਬਾਸ਼ੀ ਸਾਹਿਬ ਦੀ ਦੌਰ ਹਕੂਮਤ ਸੀ ਔਰ ਸਾਡੇ ਐਮਐਨਏ ਜਨਾਬ ਇੰਜੀਨੀਅਰ ਖੁਰਮਦਸਤਗੀਰ ਖਾਨ ਸਾਹਿਬ ਜਨਾਬ ਉਦੋਂ وفاقی وزیر ਬਣੇ وفاقی وزیر ਬਣ ਕੇ ਜਿਸੋਂ ਗੁਜਨਾਲੇ ਵਾਪਸ ਆਏ ਤੇ ਸਾਡੇ ਜਨਾਬ ਕੁਸ਼ ਲੀਗੀ ਚੇਅਰਮੈਨ ਜਿਹੜੇ ਸਨ ਦੋ ਤਿੰਨ ਚੇਅਰਮੈਨ ਸੇ ਨਾਲ ਮਾਰੇ ਖੁਸ਼ੀ ਦੇ ਵਿੱਚ ਜਨਾਬ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਔਰ ਜਿਹਦਾ ਕਿ ਨੋਟਿਸ ਮੀਆਂ ਸ਼ਬਾਸ਼ੀ ਸਾਹਿਬ ਨੇ ਲੈ ਲਿਆ ਮੀਆਂ ਸ਼ਬਾਸ਼ੀ ਸਾਹਿਬ ਨੇ ਉਸ ਫਾਇਰਿੰਗ ਦਾ ਨੋਟਿਸ ਲਿਆ ਬਕਾਇਦਾ ਔਰ ਮੀਆਂ ਸਾਹਿਬ ਨੂੰ ਇਥੋਂ ਦੱਸਿਆ ਗਿਆ ਕਿ ਇਹ ਲੀਗੀ ਚੇਅਰਮੈਨ ਨੇ ਔਰ ਨੂਨ ਲੀਗ ਦੇ ਬੜੇ-ਬੜੇ ਵੋਟਰ ਸਪੋਰਟਰ ਨੇ ਲੇਕਿਨ ਮੀਆਂ ਮੁਹੰਮਦ ਸ਼ਿਵਾਸ਼ੀ ਸਾਹਿਬ ਨੇ ਤਰੀਹੀ ਜਵਾਬ ਦਿੱਤਾ ਕਿ ਅਗਰ ਇਹ ਨੂਨ ਲੀਗ ਦੇ ਵੋਟਰ ਸਪੋਰਟਰ ਨੇ ਤੇ ਫਿਰ ਇਹਨਾਂ ਨੂੰ ਕਾਨੂੰਨ ਦਾ ਇhtਰਾਮ ਕਰਕੇ ਦਿਖਾਣਾ ਚਾਹੀਦਾ ਸੀ ਇਹਨਾਂ ਨੇ ਕਾਨੂੰਨ ਕਿਵੇਂ ਹੱਥ ਚ ਲੀਲੇ ਆ ਔਰ ਸਾਡੇ ਬੱਬਰ ਸ਼ੇਰ ਐਮਐਨਏ ਜਨਾਬ ਖੁਰਮਦਸ ਕੀ ਖਾਨ ਸਾਹਿਬ ਨੇ ਖੁਦ ਐਫਆਈਆਰ ਦਿੱਤੀ ਜਨਾਬ ਉਹਨਾਂ ਦੇ ਖਿਲਾਫ ਔਰ 11 ਲੀਗੀ ਚੇਅਰਮੈਨ 11 ਲੀਗੀ ਚੇਅਰਮੈਨ ਦੇ ਖਿਲਾਫ ਜਨਾਬ ਐਫ ਆਈ ਆਰ ਦੇ ਦਿੱਤੀ ਬਕਾਇਦਾ ਉਹਨਾਂ ਨੂੰ ਘਰੋਂ ਫੜਿਆ ਗਿਆ ਪਰਚਾ ਹੋਇਆ ਐਫ ਆਈ ਆਰ ਕੱਟੀ ਗਈ ਹਵਾਲਾ ਤਜ ਗਏ ਮੁਲਾਕਾਤ ਬੰਦ ਹੋਈ ਜੇਲੇ ਗਏ ਬਕਾਇਦਾ ਵੀ 5 ਦਿਨ ਲੱਗੇ ਇਹਨਾਂ ਨੂੰ ਅੰਦਰ ਔਰ ਇਹਨਾਂ ਦੀਆਂ ਮੁਲਾਕਾਤਾਂ ਤੱਕ ਬੰਦ ਸਨ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਔਰ ਕਾਫੀ ਮਹੀਨਿਆਂ ਤੱਕ ਫੇਰ ਆ ਤਰੀਹਾ ਵੀ ਭੋਗਦੇ ਰਹੇ ਐਸੀ ਜਨਾਬ ਪੁਰਾਣਾ ਪਾਕਿਸਤਾਨ ਔਰ ਜਨਾਬ ਤੁਸੀਂ ਆ ਜਾਓ ਨਵੇਂ ਪਾਕਿਸਤਾਨ ਦੇ ਜਿਹੜਾ ਕਿ ਹਾਂ ਸਾਹਿਬ ਨੇ 22 ਸਾਲ ਦੀ ਜਦੋ ਜਿਹਦ ਕਰਕੇ ਹਾਸਲ ਕੀਤਾ ਔਰ ਇਸ ਨਿਜ਼ਾਮ ਦੇ ਖਿਲਾਫ ਨਾਹਰਾ ਲਾ ਕੇ ਕੀਤਾ ਔਰ ਚੋਰਾ ਨੂੰ ਡਾਕੂਆਂ ਨੂੰ ਲੁਟੇਰਿਆਂ ਨੂੰ ਕਰਪਸ਼ਨ ਕਰਨ ਵਾਲਿਆਂ ਨੂੰ ਉਲਟਾ ਲਟਕਾ ਦੇਣਾ ਇਹ ਅਜ਼ਮ ਕਰਕੇ ਜਨਾਬ ਵਾਪਸ ਆਏ ਦੋ ਨਹੀਂ ਇੱਕ ਪਾਕਿਸਤਾਨ ਹੋਏਗਾ ਗਰੀਬ ਵਾਸਤੇ ਇੱਕ ਕਾਨੂੰਨ ਔਰ ਅਮੀਰ ਵਾਸਤੇ ਅਲੱਗ ਕਾਨੂੰਨ ਨਹੀਂ ਹੋਏਗਾ ਇਸ ਨਿਜ਼ਾਮ ਦੇ ਖਿਲਾਫ ਜਨਾਬ ਨਾਹਰਾ ਲਾ ਕੇ ਖਾਂ ਸਾਹਿਬ ਤੋਂ ਆਏ ਲੇਕਿਨ ਖਾਵਰ ਮਾਨੀਕਾ ਸਾਹਿਬ ਨੇ ਦਿਨ ਦਿਹਾੜੇ ਅੰਦਾ ਦੁੰਦ ਫਾਇਰਿੰਗ ਕੀਤੀ ਔਰ ਹਲੇ ਤੱਕ ਉਹਨਾਂ ਦੇ ਉੱਤੇ ਕੋਈ ਐਫਆਈਆਰ ਨਹੀਂ ਹੋਈ ਕੋਈ ਕਾਨੂੰਨ ਹਰਕਤ ਦੇ ਵਿੱਚ ਨਹੀਂ ਆਇਆ ਕਿਸੇ ਵੀ ਹਕੂਮਤੀ ਅਹੁਦੇਦਾਰ ਨੇ ਹਲੇ ਤੱਕ ਕੋਈ ਨੋਟਿਸ ਨਹੀਂ ਲਿਆ ਕੋਈ ਕਾਨੂੰਨ ਹਰਕਤ ਦੇ ਵਿੱਚ ਨਹੀਂ ਆਇਆ ਇੱਥੋਂ ਤੱਕ ਕਿ ਮੀਡੀਆ ਦੇ ਕੰਨ ਦੇ ਉੱਤੇ ਵੀ ਜੂ ਤੱਕ ਨਹੀਂ ਰਿੰਗੀ ਦੋਸਤੋ ਇਹ ਜੇ ਨਵਾਂ ਪਾਕਿਸਤਾਨ ਔਰ ਤੁਹਾਨੂੰ ਮੈਂ ਪੁਰਾਣੇ ਪਾਕਿਸਤਾਨ ਦੀ ਗੱਲ ਵੀ ਦੱਸ ਦਿੱਤੀ ਏ ਨਵਾਂ ਪਾਕਿਸਤਾਨ ਵੀ ਤੁਹਾਡੇ ਸਾਹਮਣੇ ਮੇ ਪੁਰਾਣਾ ਪਾਕਿਸਤਾਨ ਵੀ ਤੁਹਾਡੇ ਸਾਹਮਣੇ ਸੀ ਜਨਾਬ ਮਵਾਜ਼ਨਾ ਤੁਸੀਂ ਕਰਨਾ ਹੈ फ़र्क साफ ज़ाहरे अलाह की मेहरबानी के नाल फर्क साफ ज़ाहरे ये तुम्हें दसना है कि वजीरेला पंजाब मियां मुहमद शबाज शरीफ कैसा सी और वजीरे वजीरेला जनाब उस्मान गुजदार साहब किस तरह का पंजाब संभाल रहे हैं फ़र्क थोड़े तो सामने वे फैसला तुं करना है बंद कर